ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਅੱਜ ਪੰਜਾਬ ਦੇ ਵਿੱਚ ਬਹੁਤ ਸੋਹਣੀ ਧੁੱਪ ਨਿਕਲੀ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਧੁੱਪ ਨਿਕਲ ਰਹੀ ਹੈ, ਜਿਹਦੇ ਕਰਕੇ ਠੰਡ ਕਾਫੀ ਘੱਟ ਗਈ ਹੈ। ਪਰ ਸਵੇਰ ਦੇ ਵੇਲੇ ਅੱਜ ਪੰਜਾਬ ਦੇ ਵਿੱਚ ਬੇਹੱਦ ਧੁੰਦ ਸੀ, ਜਿਹਦੇ ਕਰਕੇ ਪਤਾ ਲੱਗਾ ਵੀ ਸਰਹੰਦ ਦੇ ਵੱਲ ਕਈ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ। ਪੰਜਾਬ ਦੇ ਇੱਕ ਹੋਰ ਹਿੱਸੇ ਦੇ ਵਿੱਚ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ, ਉਹ ਵੀ ਦਰਜਨ ਤੋਂ ਵੱਧ ਗਿਣਤੀ ਦੇ ਵਿੱਚ, ਜਿਹਦੇ ਕਰਕੇ ਪਤਾ ਲੱਗਾ ਕਿ ਇੱਕ ਕੰਡਕਟਰ ਦੀ ਮੌਤ ਹੋ ਗਈ ਹੈ ਜਿਹੜਾ ਕਿ ਟਰੱਕ ਦੇ ਨਾਲ ਸੰਬੰਧਿਤ ਸੀ। ਉੱਥੇ ਕੁਝ ਕੁ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ, ਕੁਝ ਕੁ ਲੋਕਾਂ ਦੇ ਸੱਟਾਂ ਲੱਗੀਆਂ ਘੱਟ ਵੱਧ। ਪਰ ਇਹਦੇ ਪਿੱਛੇ ਕਾਰਨ ਇਹ ਵੀ ਸੰਘਣੀ ਧੁੰਦ ਹੋਣ ਦੇ ਕਰਕੇ ਸਵੇਰ ਦੇ ਵੇਲੇ ਇੱਕ ਦੇ ਵਿੱਚ ਦੂਜੀ, ਦੂਜੀ ਦੇ ਵਿੱਚ ਤੀਜੀ, ਤੀਜੀ ਦੇ ਵਿੱਚ ਚੌਥੀ ਗੱਡੀ ਵੱਜਦੀ ਰਹੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕੀਤੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਦਿਨ ਦੇ ਵੇਲੇ ਪੰਜਾਬ ਦਾ ਮੌਸਮ ਸਾਫ਼ ਹੋਊਗਾ, ਧੁੱਪ ਇਵੇਂ ਸੋਹਣੀ ਨਿਕਲਣੀ ਹੈ, ਪਰ ਸਵੇਰ ਦੇ ਵੇਲੇ ਅਤੇ ਰਾਤ ਦੇ ਵੇਲੇ ਧੁੰਦ ਆ ਜਿਹੜੀ ਉਹ ਇਵੇਂ ਪੈਂਦੀ ਰਹਿਣੀ ਹੈ। ਸੋ ਰਾਤ ਨੂੰ ਅਤੇ ਸਵੇਰ ਦੇ ਵੇਲੇ ਗੱਡੀਆਂ ਚਲਾਉਣ ਦੇ ਮੌਕੇ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਅਤੇ ਬਾਕੀ ਭਵਿੱਖਬਾਣੀ ਜੋ ਕੀਤੀ ਗਈ ਹੈ ਇਹ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ, ਵਕਤ ਨੇ ਆਪੇ ਬਿਆਨ ਕਰ ਦੇਣੀ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਦਿੱਲੀ ਦੇ ਚੋਣ ਦੰਗਲ ਨਾਲ ਸੰਬੰਧਿਤ ਹੈ। ਦਿਨ ਕੁਝ ਕੁ ਬਾਕੀ ਹੈ, 8 ਤਰੀਕ ਨੂੰ ਵੋਟਾਂ ਪੈ ਜਾਣੀਆਂ, 6 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ। ਪਰ ਜਿਹੜੇ ਬਾਕੀ ਦਿਨ ਪਏ ਆ ਇਹਦੇ ਵਿੱਚ ਉਹ ਗੱਲਾਂ ਹੋਣ ਦੀ ਸੰਭਾਵਨਾ, ਕਿਉਂਕਿ ਉਹ ਗੱਲਾਂ ਹੋ ਚੁੱਕੀਆਂ ਜਿਹੜੀਆਂ ਹੁਣ ਤੱਕ ਕਦੇ ਸੁਣੀਆਂ ਨਹੀਂ ਸੀ, ਜਿਹਦੇ ਬਾਬਤ ਕਦੇ ਕਿਆਸ ਨਹੀਂ ਸੀ ਕੀਤਾ। ਅੱਤਵਾਦੀ ਸ਼ਬਦ ਦੀ ਰੱਜ ਕੇ ਵਰਤੋਂ ਕੀਤੀ ਜਾ ਰਹੀ ਹੈ ਦਿੱਲੀ ਦੇ ਚੋਣ ਦੰਗਲ ਦੇ ਵਿੱਚ। ਕਦੇ ਕੋਈ ਕਿਸੇ ਨੂੰ ਅੱਤਵਾਦੀ ਕਹਿ ਦਿੰਦਾ, ਕਦੇ ਕੋਈ ਕਿਸੇ ਨੂੰ ਪਾਕਿਸਤਾਨੀ ਕਹਿ ਦਿੰਦਾ। ਅੱਤਵਾਦ ਪਾਕਿਸਤਾਨ, ਅੱਤਵਾਦ ਪਾਕਿਸਤਾਨ, ਫਿਲਹਾਲ ਦਿੱਲੀ ਦੇ ਚੋਣ ਦੰਗਲ ਦੇ ਵਿੱਚ ਇਹ ਸ਼ਬਦ ਸਭ ਤੋਂ ਵੱਧ ਸੁਣਿਆ ਜਾ ਰਿਹਾ। ਵਿਕਾਸ ਦੀ ਗੱਲ ਕਈ ਪਾਸਿਆਂ ਤੋਂ ਪਿੱਛੇ ਰਹਿ ਗਈ ਅਤੇ ਅੱਤਵਾਦ ਅਤੇ ਪਾਕਿਸਤਾਨ ਆ ਜਿਹੜਾ ਉਹ ਲਗਾਤਾਰ ਅੱਗੇ ਵੱਧ ਰਿਹਾ। ਪਰ ਜਿਸ ਤਰੀਕੇ ਦੇ ਨਾਲ ਅੱਜ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਹੋਰਾਂ ਦੇ ਵੱਲੋਂ ਕੇਜਰੀਵਾਲ ਨੂੰ ਅਰਾਜਕਤਾਵਾਦੀ ਬਨਾਮ ਅੱਤਵਾਦੀ ਕਿਹਾ ਗਿਆ ਅਤੇ ਜਿਸ ਤਰੀਕੇ ਨਾਲ ਉਹਨੇ ਕਿਹਾ ਜੀ ਕਿ ਸਾਡੇ ਕੋਲ ਸਬੂਤ ਆ ਕੇਜਰੀਵਾਲ ਦੇ ਬਾਬਤ ਕਿ ਇਹ ਬੰਦਾ ਕਿਵੇਂ ਅੱਤਵਾਦੀ ਆ, ਇਹਨੂੰ ਅਸੀਂ ਕਿਉਂ ਅੱਤਵਾਦੀ ਕਹਿੰਦੇ ਹਾਂ, ਇਹ ਸੱਚੀ ਮੁੱਚੀ ਅੱਤਵਾਦੀ ਆ ਕਿਉਂਕਿ ਅਸੀਂ ਸਬੂਤਾਂ ਤੋਂ ਤੱਥਾਂ ਤੋਂ ਬਿਨਾਂ ਗੱਲ ਨਹੀਂ ਕਰਦੇ। ਤਾਂ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਣ ਲੱਗ ਪਏ ਆ ਕਿ ਕੀ ਅਸੀਂ ਦਿੱਲੀ ਦੇ ਵਿੱਚ ਚੋਣਾਂ ਵਿਕਾਸ ਦੇ ਨਾਂ ਦੇ ਉੱਤੇ ਲੜਦੀਆਂ ਜਾਂ ਅਸੀਂ ਅੱਤਵਾਦ ਦੇ ਨਾਂ ਦੇ ਉੱਤੇ ਲੜਦੀਆਂ। ਕੀ ਅਸੀਂ ਲੋਕਾਂ ਦੇ ਅਧੂਰੇ ਪਏ ਮਸਲਿਆਂ ਨੂੰ ਹੱਲ ਕਰਨ ਦੇ ਲਈ ਇਹਨਾਂ ਚੋਣਾਂ 'ਚ ਹਿੱਸਾ ਲੈ ਰਹੇ ਹਾਂ ਜਾਂ ਫਿਰ ਅਸੀਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਲੈ ਰਹੇ ਹਾਂ? ਇਹ ਭਾਰਤ ਦੇ ਵਿੱਚ ਇੱਕ ਨਵਾਂ ਰਿਵਾਜ ਤੁਰ ਪਿਆ ਕਿ ਭਾਵੇਂ ਕਿਸੇ ਸੂਬੇ ਦੀ ਵਿਧਾਨ ਸਭਾ ਚੋਣ ਹੋਵੇ ਅਤੇ ਭਾਵੇਂ ਲੋਕ ਸਭਾ ਦੀਆਂ ਚੋਣਾਂ ਹੋਣ, ਅਸੀਂ ਪਾਕਿਸਤਾਨ ਨੂੰ ਸੁਧਾਰ ਦੇਵਾਂਗੇ, ਦੇਸ਼ ਨੂੰ ਸੁਧਾਰੀਏ, ਬਾਅਦ ਦੇ ਵਿੱਚ ਆਪਾਂ ਹੋਰ ਦੇਸ਼ਾਂ ਨੂੰ ਸੁਧਾਰਾਂਗੇ, ਪਹਿਲਾਂ ਉਸ ਦੇਸ਼ ਨੂੰ ਸੁਧਾਰ ਲਈਏ ਜਿਹਦੇ ਵਿੱਚ ਵੋਟਾਂ ਪੈਣੀਆਂ ਹੁੰਦੀਆਂ। ਸੋ ਇਸ ਵਕਤ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਨਿੱਠ ਕੇ ਪ੍ਰਚਾਰ ਕੀਤਾ ਜਾ ਰਿਹਾ ਅਤੇ BJP ਦੇ ਵੱਲੋਂ ਵੀ ਬੇਹੱਦ ਪ੍ਰਚਾਰ ਕੀਤਾ ਜਾ ਰਿਹਾ। ਇੱਕ ਇੱਕ ਹਲਕੇ ਦੇ ਵਿੱਚ BJP ਦੇ ਕਈ ਕਈ ਮੰਤਰੀਆਂ ਨੇ ਡੇਰਾ ਲਾਇਆ ਹੋਇਆ, ਇੱਕ ਇੱਕ ਹਲਕੇ ਦੇ ਵਿੱਚ ਕਈ ਕਈ ਵਿਧਾਇਕ ਅਤੇ ਕਈ ਕਈ ਸੂਬਿਆਂ ਦੇ ਹੋਰ ਸੀਨੀਅਰ ਆਗੂ ਪਹੁੰਚੇ ਹੋਏ ਆ। ਯਾਨੀ ਕਿ ਬਸ ਉੱਥੇ ਹਰ ਗਲੀ ਮੁਹੱਲੇ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਕਿ ਕੌਣ ਕਿਹਨੂੰ ਤੋੜ ਕੇ ਕਿੱਧਰ ਲਿਆ ਸਕਦਾ ਅਤੇ ਕਿਵੇਂ ਲਿਆ ਸਕਦਾ। ਪਰ ਕਾਂਗਰਸ ਆ ਜਿਹੜੀ ਇਸ ਵਕਤ ਫਾਡੀ ਚੱਲ ਰਹੀ ਹੈ, ਕਾਂਗਰਸ ਦਾ ਉੱਥੇ ਕੋਈ ਪ੍ਰਚਾਰ ਕਰਨ ਵਾਲਾ ਬਹੁਤਾ ਪ੍ਰਭਾਵ ਨਹੀਂ ਦਿਸ ਰਿਹਾ। ਜੇਕਰ ਸ਼ੁੱਧ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤਾਂ ਇਉਂ ਲੱਗਦਾ ਕਿ ਕਾਂਗਰਸ ਉੱਥੇ ਗੋਡੇ ਜੇ ਟੇਕਦੀ ਜਾਪਦੀ ਹੈ। ਹਾਲਾਂਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚੋਂ ਕਈ ਨੇਤਾ ਗਏ ਆ ਦਿੱਲੀ ਦੇ ਵਿੱਚ, ਉਹ ਕਹਿ ਰਹੇ ਜੀ ਕਿ ਅਸੀਂ ਦਿੱਲੀ ਦੇ ਵਿੱਚ ਹਨੇਰੀਆਂ ਲਿਆ ਦਿੱਤੀਆਂ, ਦਿੱਲੀ ਦੇ ਵਿੱਚ ਸਾਡੀ ਪਾਰਟੀ ਦੀ ਸਰਕਾਰ ਬਣੂ, ਪਰ ਕਹਿਣ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ, ਨਾ ਇਹਦੇ ਉੱਤੇ GST ਲੱਗਦੀ ਹੈ। ਭਾਵੇਂ ਆਪਾਂ ਇਹ ਗੱਲ ਕਹੀਏ ਵੀ 70 ਦੇ ਵਿੱਚੋਂ 70 ਸੀਟਾਂ ਕਾਂਗਰਸ ਲੈ ਜੂ, ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ, ਪਰ ਜੋ ਹਕੀਕਤ ਹੈ ਉਹਦੇ ਬਾਬਤ ਸਾਰੇ ਸਾਰਾ ਕੁਝ ਜਾਣਦੇ ਆ। ਨਵਜੋਤ ਸਿੰਘ ਸਿੱਧੂ ਹਾਲੇ ਤੱਕ ਪ੍ਰਚਾਰ ਕਰਨ ਪਹੁੰਚੇ ਨਹੀਂ ਦਿੱਲੀ ਦੇ ਵਿੱਚ, ਉਹਨਾਂ ਨੇ ਪਹੁੰਚਣਾ ਵੀ ਨਹੀਂ, ਇਹ ਭਰੋਸੇਯੋਗ ਸੂਤਰ ਦੱਸ ਰਹੇ ਆ। ਭਰੋਸੇਯੋਗ ਸੂਤਰ ਇਹ ਵੀ ਗੱਲ ਕਹਿ ਰਹੇ ਆ ਕਿ ਕੇਜਰੀਵਾਲ ਦੀਆਂ ਨੀਤੀਆਂ ਸਿੱਧੂ ਨੂੰ ਪਸੰਦ ਹੈ, ਨਾਲੇ ਉਹ ਇਸ ਮੋੜ ਦੇ ਉੱਤੇ ਆ ਕੇ ਜਦੋਂ ਆਪਣਿਆਂ ਨੇ ਦੁੱਧ ਦੇ ਵਿੱਚੋਂ ਮੱਖੀ ਵਾਂਗ ਕੱਢ ਕੇ ਬਾਹਰ ਮਾਰਿਆ ਹੋਵੇ, ਉਹ ਨਹੀਂ ਚਾਹੁੰਦੇ ਕਿ ਉੱਥੇ ਪ੍ਰਚਾਰ ਕੀਤਾ ਜਾਵੇ, ਕਿਉਂਕਿ ਜਦੋਂ ਲੋੜ ਹੁੰਦੀ ਸਿੱਧੂ ਸਾਡਾ ਪੁੱਤ ਆ, ਸਾਡਾ ਭਰਾ, ਅਤੇ ਜਦੋਂ ਲੋੜ ਨਹੀਂ ਹੁੰਦੀ ਸਿੱਧੂ ਕੌਣ ਹੈ, ਇਹ ਕੁਝ ਚੱਲ ਰਿਹਾ। ਪਰ ਇਸ ਦੌਰਾਨ ਇਹ ਵੀ ਦੱਸਣਾ ਬਣਦਾ ਕਿ ਅੱਜ ਜਾਮੀਆ ਯੂਨੀਵਰਸਿਟੀ ਦੇ ਬਾਹਰ ਇੱਕ ਵਾਰ ਫਿਰ ਗੋਲੀ ਚੱਲੀ ਹੈ। ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਗੋਲੀਆਂ ਵੀ ਚੱਲ ਰਹੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। BJP ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹਿ ਦਿੱਤਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ BJP ਨੂੰ ਚੈਲੰਜ ਕੀਤਾ ਕਿ ਜੇ ਕੇਜਰੀਵਾਲ ਅੱਤਵਾਦੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਦਿਖਾਓ। ਜਾਵੜੇਕਰ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਇੱਕ ਵਾਰ ਖੁਦ ਨੂੰ ਅਰਾਜਕਤਾਵਾਦੀ ਕਰਾਰ ਦਿੱਤਾ ਸੀ ਅਤੇ ਅਰਾਜਕਤਾਵਾਦੀ ਅਤੇ ਅੱਤਵਾਦੀ ਵਿੱਚ ਬਹੁਤਾ ਫਰਕ ਨਹੀਂ ਹੁੰਦਾ। ਦੱਸਣਾ ਬਣਦਾ ਕਿ ਕੇਜਰੀਵਾਲ ਨੂੰ ਅੱਤਵਾਦੀ ਕਹਿਣ 'ਤੇ ਚੋਣ ਕਮਿਸ਼ਨ ਨੇ ਪ੍ਰਵੇਸ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ।
ਇੱਥੇ ਵੀ ਦੱਸਣਾ ਬਣਦਾ ਕਿ ਜਾਵੜੇਕਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਦੇ ਮੋਗਾ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੇ ਕਮਾਂਡਰ ਗੁਰਿੰਦਰ ਸਿੰਘ ਦੇ ਘਰ ਰੁਕਣ ਦਾ ਮੁੱਦਾ ਵੀ ਚੁੱਕਿਆ। ਉਹਨਾਂ ਨੇ ਕਿਹਾ ਕਿ ਤੁਸੀਂ ਜਾਣਦੇ ਸੀ ਕਿ ਉਹ ਇੱਕ ਅੱਤਵਾਦੀ ਦਾ ਘਰ ਹੈ, ਫਿਰ ਵੀ ਤੁਸੀਂ ਉੱਥੇ ਰੁਕੇ, ਤੁਹਾਨੂੰ ਹੋਰ ਕਿੰਨੇ ਸਬੂਤ ਚਾਹੀਦੇ ਨੇ? ਬੀਜੇਪੀ ਦੇ ਸੀਨੀਅਰ ਨੇਤਾ ਨੇ ਕਿਹਾ ਕੇਜਰੀਵਾਲ ਹੁਣ ਇੱਕਦਮ ਮਾਸੂਮ ਜਿਹਾ ਚਿਹਰਾ ਬਣਾ ਕੇ ਸਵਾਲ ਕਰ ਰਿਹਾ ਕਿ ਕੀ ਮੈਂ ਅੱਤਵਾਦੀ ਹਾਂ? ਤੁਸੀਂ ਅੱਤਵਾਦੀ ਹੋ ਅਤੇ ਇਹ ਸਾਬਤ ਕਰਨ ਦੇ ਲਈ ਸਾਡੇ ਕੋਲ ਬਹੁਤ ਸਾਰੇ ਸਬੂਤ ਨੇ। ਤੁਸੀਂ ਖੁਦ ਹੀ ਕਿਹਾ ਸੀ ਕਿ ਤੁਸੀਂ ਅਰਾਜਕਤਾਵਾਦੀ ਹੋ। ਅਰਾਜਕਤਾਵਾਦੀ ਅਤੇ ਅੱਤਵਾਦੀ ਵਿੱਚ ਬਹੁਤਾ ਫਰਕ ਨਹੀਂ ਹੁੰਦਾ। ਸੂਚਨਾ ਅਤੇ ਪ੍ਰਸਾਰਣ ਵਿਭਾਗ ਦੇ ਮੰਤਰੀ ਜਾਵੜੇਕਰ ਦੇ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਇਹ ਸਾਡੇ ਦੇਸ਼ ਦੀ ਰਾਜਧਾਨੀ ਵਿੱਚ ਹੋ ਰਿਹਾ ਜਿੱਥੇ ਕੇਂਦਰ ਦੀ ਸਰਕਾਰ ਬੈਠੀ ਹੈ ਅਤੇ ਚੋਣ ਕਮਿਸ਼ਨ ਮੌਜੂਦ ਹੈ। ਇਹ ਕੇਂਦਰੀ ਮੰਤਰੀ ਅਜਿਹੀ ਭਾਸ਼ਾ ਦੀ ਵਰਤੋਂ ਕਿਵੇਂ ਕਰ ਸਕਦਾ? ਮੈਂ ਚੁਣੌਤੀ ਦਿੰਦਾ ਹਾਂ ਕਿ ਜੇਕਰ ਕੇਜਰੀਵਾਲ ਅੱਤਵਾਦੀ ਹੈ ਤਾਂ ਉਸ ਨੂੰ ਬੀਜੇਪੀ ਗ੍ਰਿਫਤਾਰ ਕਰਕੇ ਦਿਖਾਵੇ। ਦਿੱਲੀ ਵਿੱਚ ਬੀਜੇਪੀ ਦੇ ਚੋਣ ਇੰਚਾਰਜ ਜਾਵੜੇਕਰ ਨੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਦਾ ਮੁੱਦਾ ਵੀ ਕੇਜਰੀਵਾਲ ਦੇ ਨਾਲ ਜੋੜ ਕੇ ਦਿਖਾਇਆ। ਉਹਨਾਂ ਕਿਹਾ ਕਿ ਤੁਸੀਂ ਸ਼ਾਹੀਨ ਬਾਗ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹੋ ਜਿੱਥੇ ਅਸਾਮ ਨੂੰ ਆਜ਼ਾਦੀ ਦਿਓ ਜਿਨ੍ਹਾਂ ਵਾਲੀ ਆਜ਼ਾਦੀ ਦੇ ਨਾਅਰੇ ਲੱਗ ਰਹੇ ਨੇ। ਅਜਿਹੇ ਨਾਅਰਿਆਂ ਦਾ ਸਮਰਥਨ ਕਰਨਾ ਵੀ ਅੱਤਵਾਦ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਕੇਜਰੀਵਾਲ JNU ਦੇ ਨਾਲ ਖੜ੍ਹੇ ਰਹੇ ਜਿੱਥੇ ਭਾਰਤ ਵਿਰੋਧੀ ਨਾਅਰੇ ਲੱਗੇ ਅਤੇ ਉਹਨਾਂ ਨੇ ਸਭ ਕੁਝ ਦਾ ਤਮਾਸ਼ਾ ਦੇਖਿਆ। ਇਸੇ ਦਰਮਿਆਨ ਅੱਜ ਇੱਕ ਹੋਰ ਖਬਰ ਪ੍ਰਾਪਤ ਹੋਈ ਕਿ ਜਾਮੀਆ ਯੂਨੀਵਰਸਿਟੀ ਦੇ ਵੱਲ ਫਿਰ ਫਾਇਰਿੰਗ ਹੋਈ ਹੈ। ਦਿੱਲੀ ਦੀ ਜਾਮੀਆ ਯੂਨੀਵਰਸਿਟੀ ਦੇ ਗੇਟ ਨੰਬਰ 5 ਨੇੜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਫਾਇਰਿੰਗ ਕਰਨ ਤੋਂ ਬਾਅਦ ਇਹ ਦੋਵੇਂ ਫਰਾਰ ਹੋ ਗਏ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। JCC ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਹਮਲਾਵਰ ਲਾਲ ਰੰਗ ਦੀ ਸਕੂਟਰੀ 'ਤੇ ਆਏ ਸੀ। ਇੱਕ ਸ਼ਰਾਰਤੀ ਅਨਸਰ ਨੇ ਲਾਲ ਰੰਗ ਦੀ ਜੈਕਟ ਪਾਈ ਹੋਈ ਸੀ। ਗੋਲੀਬਾਰੀ ਦੀ ਘਟਨਾ ਬਾਰੇ ਜਿਉਂ ਹੀ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਦੇ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਦੱਸਣਾ ਬਣਦਾ ਕਿ ਪਿਛਲੇ 4 ਦਿਨਾਂ ਦੇ ਵਿੱਚ ਦਿੱਲੀ ਦੇ ਜਾਮੀਆ ਇਲਾਕੇ ਦੇ ਵਿੱਚ ਇਹ ਗੋਲੀਬਾਰੀ ਦੀ 3ਜੀ ਵਾਰਦਾਤ ਹੈ। ਸ਼ਨੀਵਾਰ ਨੂੰ ਸ਼ਾਹੀਨ ਬਾਗ ਵਿੱਚ ਇੱਕ ਨੌਜਵਾਨ ਨੇ ਗੋਲੀ ਚਲਾਈ ਸੀ, ਜਿਸ ਤੋਂ ਤੁਰੰਤ ਬਾਅਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ 2 ਦਿਨ ਪਹਿਲਾਂ ਵੀਰਵਾਰ ਨੂੰ ਜਾਮੀਆ ਦੇ ਵਿਦਿਆਰਥੀਆਂ ਵੱਲੋਂ ਕੱਢੇ ਜਾ ਰਹੇ ਇੱਕ ਮਾਰਚ 'ਤੇ ਸ਼ਖਸ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਵਿੱਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦਿੱਲੀ ਹੋਵੇ ਜਾਂ ਦੇਸ਼ ਦਾ ਕੋਈ ਵੀ ਹੋਰ ਸੂਬਾ, ਜਦੋਂ ਵੀ ਚੋਣਾਂ ਹੁੰਦੀਆਂ ਮਰਿਆਦਾ ਤੋਂ ਸੱਖਣੀਆਂ ਗੱਲਾਂ ਤਾਂ ਹੁੰਦੀਆਂ ਦੇਖੀਆਂ ਸੁਣੀਆਂ, ਪਰ ਇਸ ਕਦਰ ਸੱਖਣੀਆਂ ਗੱਲਾਂ ਹੁੰਦੀਆਂ ਪਹਿਲੀ ਵਾਰ ਦੇਖ ਰਹੇ ਹਾਂ। ਤੁਸੀਂ ਕਿਸੇ ਨੂੰ ਅੱਤਵਾਦੀ ਕਹਿ ਰਹੇ ਹੋ, ਤੁਸੀਂ ਕਿਸੇ ਨੂੰ ਪਾਕਿਸਤਾਨ ਦਾ ਯਾਰ ਕਹਿ ਰਹੇ ਹੋ। ਅੱਜ ਪ੍ਰਕਾਸ਼ ਜਾਵੜੇਕਰ ਹੋਰੀ ਇਹ ਗੱਲ ਕਹਿ ਰਹੇ ਜੇਕਰ ਕਿ ਕੇਜਰੀਵਾਲ ਅੱਤਵਾਦੀ ਹੈ, ਅਤੇ ਕੱਲ੍ਹ ਨੂੰ ਕੋਈ ਕਾਂਗਰਸੀ ਪ੍ਰਕਾਸ਼ ਜਾਵੜੇਕਰ ਨੂੰ ਕਵੇ ਜਾਂ ਆਮ ਆਦਮੀ ਪਾਰਟੀ ਵਾਲਾ ਪ੍ਰਕਾਸ਼ ਨੂੰ ਕਵੇ ਅਤੇ ਜਾਂ ਕਿਸੇ ਹੋਰ ਕਾਂਗਰਸੀ ਨੇਤਾ ਬਾਰੇ ਕਵੇ, ਇਹ ਸਾਰਿਆਂ ਦੇ ਲਈ ਗਲਤੀ ਬਰਾਬਰ ਦੀ ਹੈ। ਕਿਉਂਕਿ ਅਸੀਂ ਮੁੱਦਿਆਂ ਦੀ ਬਾਤ ਪਾਉਣੀ ਹੈ, ਨਾ ਕਿ ਅਸੀਂ ਇੱਕ ਦੂਜੇ ਨੂੰ ਅੱਤਵਾਦੀ ਹੈ ਜਿਹੜਾ ਉਹ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਦੇ ਲਈ ਇਹ ਚੋਣਾਂ ਲੜ ਰਹੇ ਹਾਂ। ਸੋ ਇਸ ਵਕਤ ਜ਼ਰੂਰਤ ਹੈ ਉਹਨਾਂ ਮੁੱਦਿਆਂ ਦੇ ਵੱਲ ਖਿਆਲ ਕਰਨ ਦੀ ਜਿਹੜੇ ਮੁੱਦਿਆਂ ਦੇ ਵੱਲ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਕਦੇ ਕੀਤਾ ਨਹੀਂ ਗਿਆ ਖਿਆਲ। ਸੋ ਜਾਵੜੇਕਰ ਹੋਰੀ ਕਹਿੰਦੇ ਜੀ ਕਿ ਅਤੀਤ ਦੇ ਵਿੱਚ ਕੇਜਰੀਵਾਲ ਨੇ ਆਹ ਵੀ ਗੱਲ ਕਹੀ ਸੀ, ਫਲਾਣੇ ਵੇਲੇ ਆਹ ਵੀ ਗੱਲ ਕਹੀ ਸੀ, ਜੇਕਰ ਹੁਣ ਅਸੀਂ ਇੱਦਾਂ ਹੀ ਤੱਥਾਂ ਦੀ ਗੱਲ ਕਰਨ ਲੱਗ ਪਈਏ ਤਾਂ ਹਰ ਤੀਜੇ ਦਿਨ ਭਾਜਪਾ ਦਾ ਕੋਈ ਨਾ ਕੋਈ ਨੇਤਾ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ, ਹਰ ਚੌਥੇ ਦਿਨ ਕੋਈ ਨਾ ਕੋਈ ਭਾਜਪਾ ਨੇਤਾ ਜਾਂ ਉਹਨਾਂ ਦਾ ਕੋਈ ਸਮਰਥਕ ਸਾਹਮਣੇ ਆ ਕੇ ਗੱਲ ਕਹਿੰਦਾ ਕਿ ਭਾਈ ਜਿਹੜੀ ਫਲਾਣੀ ਚੀਜ਼ ਆ ਉਹਨੂੰ ਅਸੀਂ ਢਾ ਦੇਣਾ, ਫਲਾਣੀ ਇਮਾਰਤ ਨੂੰ ਅਸੀਂ ਬਦਲ ਦੇਣਾ, ਫਲਾਣੇ ਧਰਮ ਦੇ ਲੋਕਾਂ ਨੂੰ ਰਹਿਣ ਨਹੀਂ ਦੇਣਾ, ਇਹਨੂੰ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ, ਇਹਨੂੰ ਅਸੀਂ ਕਿਹੜੀ ਪ੍ਰਾਪਤੀ ਮੰਨੀਏ ਚਾਹੀਦਾ। ਤਾਂ ਉਦੋਂ ਵੀ ਇਹ ਆ ਕਿ ਅਸੀਂ ਅਤੀਤ ਨੂੰ ਮਾੜਾ ਨਾ ਕਹੀਏ, ਅਸੀਂ ਵਰਤਮਾਨ ਨੂੰ ਸੋਹਣਾ ਬਣਾਉਣ ਦੀਆਂ ਕੋਸ਼ਿਸ਼ਾਂ ਕਰੀਏ। ਸੋ ਅਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੇ ਹੱਕ ਦੇ ਵਿੱਚ ਨਹੀਂ, ਅਸੀਂ ਕਿਸੇ ਪਾਰਟੀ ਵਿਸ਼ੇਸ਼ ਦੇ ਖਿਲਾਫ ਨਹੀਂ, ਪਰ ਵੋਟਰ ਹੋਣ ਦੇ ਨਾਤੇ, ਜਾਗਰੂਕ ਹੋਣ ਦੇ ਨਾਤੇ, ਭਾਰਤ ਦੇ ਨਾਗਰਿਕ ਹੋਣ ਦੇ ਨਾਤੇ, ਭਾਰਤ ਦੀ ਆਬੋ ਹਵਾ ਦੇ ਵਿੱਚ ਸਾਹ ਲੈਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਿਹਾ ਜਾਵੇ। ਸੋ ਜਿਸ ਤਰੀਕੇ ਦੇ ਨਾਲ ਉੱਥੇ ਇਸ ਵਕਤ ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਲਈ ਨੀਵੀਆਂ ਗੱਲਾਂ ਕੀਤੀਆਂ ਜਾ ਰਹੀਆਂ, ਸੱਖਣੀਆਂ ਗੱਲਾਂ ਕੀਤੀਆਂ ਜਾ ਰਹੀਆਂ ਮਰਿਆਦਾ ਤੋਂ, ਉਹਦਾ ਜ਼ਿਕਰ ਅਤੇ ਫਿਕਰ ਜ਼ਰੂਰ ਕਰਨਾ ਬਣਦਾ। ਇਹ ਨਤੀਜੇ ਕੀ ਬਿਆਨ ਕਰਨਗੇ ਕੁਝ ਕਹਿ ਨਹੀਂ ਸਕਦੇ, ਪਰ ਜੇਕਰ ਕੁੱਲ ਮਿਲਾ ਕੇ ਗੱਲ ਕਹਿਣੀ ਹੋਵੇ ਤਾਂ ਦਿੱਲੀ ਦੇ ਵਾਸੀ ਵੀ ਇਸ ਵਕਤ ਆਵਾਜ਼ਾਰ ਹੈ ਵੀ ਜੋ ਜੋ ਕੁਝ ਉਹਨਾਂ ਦੇ ਕੰਨਾਂ ਦੇ ਵਿੱਚ ਪੈ ਰਿਹਾ ਉਹ ਕਿਸੇ ਵੀ ਪਾਸਿਓ ਸੁਲੱਖਣਾ ਨਹੀਂ ਹੈ। ਸੋ ਨਵਜੋਤ ਸਿੰਘ ਸਿੱਧੂ ਦੇ ਬਾਬਤ ਅੱਜ ਫਿਰ ਚਰਚਾ ਚੱਲਦੀ ਰਹੀ ਹੈ ਕਿ ਉਹਨਾਂ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਚੰਗਾ ਬੋਲਣਾ ਠੀਕ ਸਮਝਿਆ, ਪਰ ਕਿਉਂਕਿ ਉਹ ਕਾਂਗਰਸ ਦੇ ਵੱਲੋਂ ਇਸ ਕਰਕੇ ਉਹ ਬੋਲ ਨਹੀਂ ਸਕਦੇ, ਇਸ ਕਰਕੇ ਉਹਨਾਂ ਨੇ ਚੁੱਪ ਵੱਟ ਕੇ ਆਪਣੇ ਘਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਹਿਣਾ ਠੀਕ ਸਮਝਿਆ। ਸੋ ਅੱਜ ਭਗਵੰਤ ਮਾਨ ਨੇ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਬੀਜੇਪੀ ਉਹ ਗੱਲ ਕਵੇ ਕਿ ਫਲਾਣੇ ਫਲਾਣੇ ਸੂਬਿਆਂ ਵਿੱਚ ਸਾਡੀ ਸਰਕਾਰ ਹੈ, ਉੱਥੇ ਅਸੀਂ ਉਹਨੂੰ ਹਾਰ ਬਦਲ ਦਿੱਤੀ ਹੈ। ਕਾਂਗਰਸ ਵੀ ਇੱਥੇ ਪ੍ਰਚਾਰ ਕਰਨ ਦੇ ਮੌਕੇ ਗੱਲ ਕਵੇ ਕਿ ਅਸੀਂ ਕਮਾਲਾਂ ਕਰ ਦਿੱਤੀਆਂ,
ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਪੰਜਾਬ 'ਚ ਵੀ ਕਮਾਲ ਕਰ ਦਿੱਤੀ ਹੈ, ਉਹੋ ਜਿਹੀ ਕਮਾਲ ਅਸੀਂ ਦਿੱਲੀ ਦੇ ਵਿੱਚ ਕਰਨੀ ਹੈ। ਇਸ ਕਰਕੇ ਸਭ ਦੇ ਵੱਲੋਂ ਇੱਕ ਦੂਜੇ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ, ਪਰ ਚੁਣੌਤੀ ਵੀ ਮਰਿਆਦਾ ਦੇ ਵਿੱਚ ਰਹਿ ਕੇ ਦੇਣੀ ਚਾਹੀਦੀ ਹੈ। ਚੁਣੌਤੀ ਅਕਲੋਂ ਸੱਖਣੀ, ਚੁਣੌਤੀ ਮਰਿਆਦਾ ਤੋਂ ਸੱਖਣੀ, ਚੁਣੌਤੀ ਸਿਧਾਂਤਾਂ ਤੋਂ ਸੱਖਣੀ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹੋ ਜਿਹੀ ਗੱਲ ਕੋਈ ਵੀ ਮੂੰਹ ਦੇ ਵਿੱਚੋਂ ਨਹੀਂ ਕੱਢਣੀ ਚਾਹੀਦੀ ਜਿਹੜੀ ਲੋਕਾਂ ਨੂੰ ਚੁਬੇ, ਜਿਹੜੀ ਵੋਟਰ ਨੂੰ ਇਹ ਲੱਗੇ ਜੀ ਕਿ ਸਾਨੂੰ ਪਾੜਨ ਦੀ ਰਾਜਨੀਤੀ ਹੈ, ਜਿਹੜੀ ਦੂਜੀ ਵਿਰੋਧੀ ਪਾਰਟੀ ਨੂੰ ਇਹ ਲੱਗੇ ਜੀ ਕਿ ਇਹ ਤਾਂ ਬਿਲਕੁਲ ਗਰਕ ਜਾਣ ਵਾਲੀ ਗੱਲ ਹੈ, ਇਹੋ ਜਿਹੀ ਗੱਲ ਮੂੰਹ ਦੇ ਵਿੱਚੋਂ ਨਹੀਂ ਕੱਢਣੀ ਚਾਹੀਦੀ। ਸੋ ਆਸ ਕਰਨੀ ਬਣਦੀ ਹੈ ਕਿ ਜਿਹੜੇ ਸੀਨੀਅਰ ਨੇਤਾ ਨੇ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਚਲਾਉਣਾ, ਉਹ ਥੋੜ੍ਹਾ ਜਿਹਾ ਸੋਚ ਸਮਝ ਤੋਂ ਕੰਮ ਲੈਣਗੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਭਗਵੰਤ ਮਾਨ ਦੇ ਵੱਲੋਂ ਅੱਜ ਦਿੱਲੀ ਦੇ ਵਿੱਚ ਬੜੇ ਵੱਡੇ ਖੁਲਾਸੇ ਕੀਤੇ ਗਏ ਆ, ਜਾਂ ਇਹ ਗੱਲ ਕਹਿ ਰਹੀ ਕਿ ਉਹਨਾਂ ਦੇ ਵੱਲੋਂ ਬੜੀਆਂ ਵੱਡੀਆਂ ਗੱਲਾਂ ਕਹੀਆਂ ਗਈਆਂ। ਉਹਨਾਂ ਨੇ ਅੱਜ ਰਮੇਸ਼ ਸਿੰਗਲਾ ਜਿਹੜੇ ਕਿ ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ ਆ, ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ। ਹਰਪਾਲ ਸਿੰਘ ਚੀਮਾ ਉਹਨਾਂ ਦੇ ਨਾਲ ਸੀ। ਭਗਵੰਤ ਮਾਨ ਨੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਆਪਣੇ ਸ਼ਬਦ ਆ ਜਿਹੜੇ ਉਹ ਕੇਂਦਰਿਤ ਕੀਤੇ, ਉਹਨਾਂ ਦੇ ਵੱਲੋਂ ਤਿੱਖੇ ਵਾਰ ਕੀਤੇ ਗਏ ਆ। ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਦਿੱਲੀ ਦੇ ਵਿੱਚ ਪ੍ਰਚਾਰ ਲਈ ਆਉਂਦੇ ਆ, ਪਹਿਲੀ ਗੱਲ ਤਾਂ ਆਉਂਦੇ ਨਹੀਂ, ਪਰ ਜੇਕਰ ਆਉਂਦੇ ਆ ਤਾਂ ਉਹ ਕੀ ਕਹਿਣਗੇ ਵੀ ਅਸੀਂ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ ਅਤੇ ਹੁਣ ਅਸੀਂ ਦਿੱਲੀ ਦੀ ਵੀ ਬਦਲ ਦਿਆਂਗੇ। ਉਹ ਕੀ ਕਹਿਣਗੇ ਜੀ ਕਿ ਪੰਜਾਬ ਦੇ ਵਿੱਚ ਤਾਂ ਬਿਜਲੀ ਅਸੀਂ ਬਹੁਤ ਮਹਿੰਗੀ ਕਰ ਦਿੱਤੀ ਹੈ ਅਤੇ ਅਸੀਂ ਦਿੱਲੀ ਦੀ ਵੀ ਮਹਿੰਗੀ ਕਰ ਦਿਆਂਗੇ। ਉਹ ਕੀ ਕਹਿਣਗੇ ਪੰਜਾਬ ਦੇ ਵਿੱਚ ਅਸੀਂ ਕਿਹੜੀ ਪ੍ਰਾਪਤੀ ਕੀਤੀ ਹੈ, ਸਾਨੂੰ ਇੱਕ ਵਾਰੀ ਮੌਕਾ ਦਿਓ, ਅਸੀਂ ਦਿੱਲੀ ਦੇ ਵਿੱਚ ਵੀ ਉਹ ਪ੍ਰਾਪਤੀ ਹਾਸਲ ਕਰਕੇ ਦਿਖਾ ਦੇਣੀ ਆ। ਸੋ ਭਗਵੰਤ ਮਾਨ ਦੇ ਤਰਕ ਤਾਂ ਆਪਣੀ ਥਾਂ ਦੇ ਉੱਤੇ ਸਹੀ ਹੈ, ਪਰ ਕਾਂਗਰਸ ਦੇ ਕੁਝ ਕੁ ਨੇਤਾ ਇਹ ਗੱਲ ਵਾਰ ਵਾਰ ਕਹਿ ਰਹੇ ਆ ਕਿ ਜਿੱਥੇ ਕੈਪਟਨ ਸਾਹਿਬ ਜਾਂਦੇ ਆ ਉੱਥੇ ਜਿੱਤ ਹਾਸਲ ਹੋ ਜਾਂਦੀ ਹੈ। ਉਹਨਾਂ ਦਾ ਇਹ ਕਹਿਣਾ ਭਾਵੇਂ ਕਿ ਉਹਨਾਂ ਦੇ ਵੱਲੋਂ ਚਾਪਲੂਸੀ ਦੀ ਗੱਲ ਕਹਿ ਗਏ, ਭਾਵੇਂ ਉਹਨਾਂ ਦੇ ਵੱਲੋਂ ਕੋਈ ਹੋਰ ਕਾਰਨ ਹੋਊਗਾ ਨਿੱਜੀ ਉਹਦੇ ਕਰਕੇ ਕਹਿ ਗਏ, ਉਹ ਕਹਿੰਦੇ ਜੀ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਦਿੱਲੀ ਦੇ ਵਿੱਚ ਜਾਣਗੇ ਉਹ ਰੁੱਖ ਹੀ ਪਲਟ ਦੇਣਗੇ। ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਹੁਣ ਕੋਈ ਵੀ ਆ ਜਾਵੇ, ਕਾਂਗਰਸ ਨੇ ਦਿੱਲੀ ਦੇ ਵਿੱਚ ਬਹੁਤ ਮਿਹਨਤ ਕੀਤੀ ਆ ਅੱਜ ਵਾਲੀ ਨਿਮਾਣ ਨੂੰ ਹਾਸਲ ਕਰਨ ਦੇ ਲਈ, ਕੰਮ ਹੁਣ ਔਖਾ ਹੋਇਆ ਪਿਆ। ਭਵਿੱਖ ਦੇ ਵਿੱਚ ਕੀ ਬਣੂਗਾ ਕਾਂਗਰਸ ਦਾ ਦਿੱਲੀ ਦੇ ਅੰਦਰ ਕੁਝ ਕਹਿ ਨਹੀਂ ਸਕਦੇ, ਪਰ ਜਿੰਨੀ ਦੇਰ ਤੱਕ ਸ਼ੀਲਾ ਦੀਕਸ਼ਿਤ ਦੀ ਸਰਕਾਰ ਰਹੀ ਉਨੀ ਦੇਰ ਤੱਕ ਹੀ ਰਹੀ, ਉਸ ਤੋਂ ਬਾਅਦ ਆਪਾਂ ਜਾਣਦੇ ਕਿ ਹੁਣ ਤੱਕ ਕਾਂਗਰਸ ਦੇ ਉੱਥੇ ਪੈਰ ਨਹੀਂ ਲੱਗੇ। ਉੱਥੇ ਕਾਂਗਰਸ ਨੂੰ ਪਹਿਲਾਂ ਤਾਂ ਉਮੀਦਵਾਰ ਵੀ ਨਹੀਂ ਲੱਭਦੇ ਸੀ, ਹੁਣ ਜਦੋਂ ਉਮੀਦਵਾਰ ਲੱਭੇ ਆ, ਮੁਕਾਬਲਾ ਇਹ 3 ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਉੱਥੇ ਮੁਕਾਬਲਾ 2-3 ਹੈ, ਆਮ ਆਦਮੀ ਪਾਰਟੀ ਅਤੇ BJP ਦਾ। ਕਾਂਗਰਸ ਇਸ ਵਕਤ 3 ਨੰਬਰ ਦੇ ਉੱਤੇ ਪ੍ਰਚਾਰ ਅਤੇ ਪ੍ਰਭਾਵ ਦੇ ਮਾਮਲੇ ਵਿੱਚ ਮੰਨੀ ਜਾ ਰਹੀ ਹੈ। ਕਾਂਗਰਸ ਦਾ ਕੀ ਖਾਤਾ ਖੁੱਲੂਗਾ, ਜੇਕਰ ਤਾਂ ਕਿੰਨੀਆਂ ਸੀਟਾਂ ਦੇ ਕਰਕੇ ਖੁੱਲੂਗਾ, ਕਿੰਨਾ ਕੁ ਵੋਟ ਫੀਸਦੀ ਰਾਣਾ ਵਧੂਗਾ, ਕਿਉਂਕਿ ਕਾਂਗਰਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਸਾਡੀ ਵੋਟ 215 ਦੇ ਵਿੱਚ ਟੁੱਟ ਕੇ ਆਮ ਆਦਮੀ ਪਾਰਟੀ ਨੂੰ ਗਈ, ਐਤਕੀ 220 ਦੇ ਵਿੱਚ ਉਹਦੀ ਘਰ ਵਾਪਸੀ ਹੋ ਜਾਣੀ ਹੈ। ਕੀ ਉਹਨਾਂ ਦੀਆਂ ਇਹ ਗਿਣਤੀਆਂ ਮਿਣਤੀਆਂ, ਕੀ ਉਹਨਾਂ ਦੇ ਇਹ ਅੰਦਾਜ਼ੇ ਸਹੀ ਸਾਬਤ ਹੋਣਗੇ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਵੱਲੋਂ ਭਾਜਪਾ 'ਤੇ ਖੂਬ ਰਗੜੇ ਲਾਏ ਜਾ ਰਹੇ ਨੇ। ਮਾਨ ਦਾ ਕਹਿਣਾ ਹੈ ਕਿ ਭਾਜਪਾ ਦਿੱਲੀ ਦੇ ਵਿੱਚ ਹਿੰਦੂ ਮੁਸਲਿਮ ਕਰ ਰਹੀ ਹੈ, ਜਾਮੀਆਂ ਦੇ ਵਿੱਚ ਇਹਨਾਂ ਦੇ ਚੇਲਿਆਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਅਤੇ ਕਾਨੂੰਨ ਦੀ ਵਿਵਸਥਾ ਡਾਵਾਡੋਲ ਹੈ। ਸਿੱਧੇ ਤੌਰ ਦੇ ਉੱਤੇ ਲੋਕਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਭਾਜਪਾ 5 ਵੱਧ ਛੋਟ ਦੇਣ ਦੀ ਗੱਲ ਕਰ ਰਹੀ ਹੈ, ਪਰ ਭਾਜਪਾ ਦੀ ਸ਼ੁਰੂਆਤ ਪਹਿਲਾਂ ਉਹਨਾਂ ਸੂਬਿਆਂ ਤੋਂ ਕਿਉਂ ਨਹੀਂ ਹੁੰਦੀ ਜਿਹੜੇ ਸੂਬਿਆਂ ਦੇ ਵਿੱਚ ਇਹਨਾਂ ਦੀਆਂ ਹੁਣ ਤੱਕ ਸਰਕਾਰਾਂ ਬਣੀਆਂ ਹੋਈਆਂ ਨੇ। ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਕਿਹੜੇ ਮੂੰਹ ਦੇ ਨਾਲ ਇੱਥੇ ਚੋਣ ਪ੍ਰਚਾਰ ਕਰਨ ਆਉਣਗੇ? ਪੰਜਾਬ ਦੇ ਵਿੱਚ ਬਿਜਲੀ ਬੇਹੱਦ ਮਹਿੰਗੀ ਹੈ ਅਤੇ ਕਾਂਗਰਸ ਕਹਿ ਰਹੀ ਹੈ ਕਿ ਦਿੱਲੀ ਦੇ ਵਿੱਚ ਅਸੀਂ ਬਿਜਲੀ ਬੇਹੱਦ ਸਸਤੀ ਕਰ ਦਿਆਂਗੇ, ਪਰ ਪਹਿਲਾਂ ਪੰਜਾਬ ਦੇ ਵਿੱਚ ਤਾਂ ਬਿਜਲੀ ਸਸਤੀ ਕਰ ਲਈ ਜਾਵੇ। ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਕੀਤਾ ਗਿਆ। ਸਿੰਗਲਾ ਨੇ ਆਖਿਆ ਕਿ ਉਹ ਕੇਜਰੀਵਾਲ ਦੇ ਕੰਮਾਂ ਤੋਂ ਬੇਹੱਦ ਪ੍ਰਭਾਵਿਤ ਨੇ, ਇਸੇ ਕਰਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਦੋਸਤੋ ਅਸੀਂ ਕਹਾਂਗੇ ਕਿ ਜੋ ਕਾਂਗਰਸ ਦੇ ਮੂਹਰੇ ਚੁਣੌਤੀ ਆ ਉਹ ਬਿਲਕੁਲ ਇਵੇਂ ਆ, ਇਹ ਦਰੁਸਤ ਆ ਗੱਲ। ਭਾਵੇਂ ਕੋਈ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਹੋਵੇ, ਭਾਵੇਂ ਨਾ ਹੋਵੇ, ਭਾਵੇਂ ਕੋਈ ਕਾਂਗਰਸ ਦਾ ਕੱਟੜ ਪ੍ਰਸ਼ੰਸਕ ਹੋਵੇ ਅਤੇ ਭਾਵੇਂ ਨਾ ਹੋਵੇ, ਪਰ ਜੋ ਕੁਝ ਕੰਧ ਦੇ ਉੱਤੇ ਲਿਖਿਆ ਹੋਇਆ ਉਹਨੂੰ ਪੜ੍ਹਨ ਦੀ ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਦੇ ਜਿਹੜੇ ਕਾਂਗਰਸੀ ਨੇਤਾ ਦਿੱਲੀ ਦੇ ਵਿੱਚ ਵਿਚਰਨਾ ਚਾਹੁੰਦੇ ਆ ਜਾਂ ਵਿਚਰ ਰਹੇ ਆ, ਉਹ ਕੀ ਕਹਿੰਦੇ ਹੋਣਗੇ ਸੋਚਣਾ ਵਿਚਾਰਨਾ ਜ਼ਰੂਰ ਬਣਦਾ, ਕਿਉਂਕਿ ਅਸੀਂ ਉਦਾਹਰਨੀ ਤੌਰ ਦੇ ਉੱਤੇ ਗੱਲ ਕਹਿ ਸਕਦੇ ਹਾਂ ਕਿ ਦੇਖੋ ਜੀ ਅਸੀਂ ਫਲਾਣੀ ਥਾਂ ਦੇ ਉੱਤੇ ਮੌਕਾ ਮਿਲਿਆ, ਆਹ ਕੁਝ ਕਰਕੇ ਦਿਖਾਤਾ। ਕਾਂਗਰਸ ਕੀ ਕਹੂਗੀ ਕਿ ਅਸੀਂ ਪੰਜਾਬ ਦੇ ਵਿੱਚ ਕੀ ਕਰਕੇ ਦਿਖਾਤਾ? ਜੇ ਤਾਂ ਕਾਗਜ਼ਾਂ ਦੇ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਵਿਕਾਸ ਦੀਆਂ ਲਹਿਰਾਂ ਬਹਿਰਾਂ, ਪਰ ਜੇਕਰ ਅਸੀਂ ਤਰਕ ਦੇ ਨਾਲ ਦੇਖੀਏ ਕਿ ਹੋਇਆ ਕੀ ਹੈ ਅਤੇ ਕਿਹਾ ਕੀ ਗਿਆ ਸੀ, ਉਹ ਹਾਲੇ ਤੱਕ ਕੁਝ ਵੀ ਨਹੀਂ ਹੋਇਆ।
ਸੋ ਇਸ ਕਰਕੇ ਜੋ ਭਗਵੰਤ ਮਾਨ ਨੇ ਕਿਹਾ ਉਹ ਆਪਣੀ ਥਾਂ ਦੇ ਉੱਤੇ ਸਹੀ ਹੈ। ਦੂਜੇ ਪਾਸੇ ਗੱਲ ਹੈ ਰਮੇਸ਼ ਸਿੰਗਲਾ ਹੋਰਾਂ ਦੀ। ਰਮੇਸ਼ ਸਿੰਗਲਾ ਕਾਂਗਰਸ ਦੇ ਵਿੱਚ ਵੱਖ ਵੱਖ ਅਹੁਦਿਆਂ ਦੇ ਉੱਤੇ ਰਹੇ ਆ, ਉਹਨਾਂ ਦਾ ਚੰਗਾ ਪ੍ਰਦਰਸ਼ਨ ਰਿਹਾ। ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਬਿਲਕੁਲ ਖੁੱਡੇ ਲਾ ਕੇ ਰੱਖਿਆ ਹੋਇਆ, ਉਹ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਆ। ਸ਼ਾਇਦ ਉਹਨਾਂ ਦੇ ਨਾਲ ਕੋਈ ਭਵਿੱਖੀ ਵਾਅਦਾ ਕੀਤਾ ਗਿਆ ਹੋਵੇ ਪੰਜਾਬ ਦੀਆਂ ਚੋਣਾਂ ਦੇ ਮੱਦੇਨਜ਼ਰ, ਪਰ ਉਹ ਬਹੁਤ ਲੰਮੇ ਸਮੇਂ ਦੀ ਗੱਲ ਆ। ਰਾਜਨੀਤੀ ਦੇ ਵਿੱਚ 10 ਦਿਨ ਪਹਿਲਾਂ, 2 ਦਿਨ ਪਹਿਲਾਂ, 1 ਦਿਨ ਪਹਿਲਾਂ ਪਤਾ ਨਹੀਂ ਕੀ ਕੀ ਹੋ ਜਾਂਦਾ। ਪਰ ਰਮੇਸ਼ ਸਿੰਗਲਾ ਹੋਰਾਂ ਨੇ ਗੱਲ ਕਹੀ ਆ ਕਿ ਮੈਨੂੰ ਕੇਜਰੀਵਾਲ ਦੀਆਂ ਨੀਤੀਆਂ ਪਸੰਦ ਆ ਅਤੇ ਭਗਵੰਤ ਮਾਨ ਦਾ ਪਾਰਲੀਮੈਂਟ ਦੇ ਵਿੱਚ ਪ੍ਰਦਰਸ਼ਨ ਬਹੁਤ ਪਸੰਦ ਆਇਆ, ਜਿਹਦੇ ਕਰਕੇ ਮੈਂ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ ਅਤੇ ਮੈਂ ਪੰਜੇ ਨੂੰ ਅਲਵਿਦਾ ਕਹਿ ਦਿੱਤੀ ਹੈ। ਸੋ ਕਹਿਣ ਦਾ ਭਾਵ ਇਹ ਹੈ, ਜਿਵੇਂ ਕਿ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਸੀ ਕਿ ਦਿੱਲੀ ਦੀਆਂ ਚੋਣਾਂ ਦਾ ਅਸਰ ਪੰਜਾਬ ਦੀਆਂ ਚੋਣਾਂ ਉੱਤੇ ਬੇਹੱਦ ਪੈਣਾ। ਜੇ ਤਾਂ ਭਾਜਪਾ ਨੇ ਉੱਥੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ, ਮੰਨ ਲਓ ਭਾਜਪਾ ਦੀ ਸਰਕਾਰ ਆ ਜਾਂਦੀ ਹੈ, ਫਿਰ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਨੂੰ ਅਕਾਲੀਆਂ ਨੂੰ ਅੱਖਾਂ ਦਿਖਾਉਣੀਆਂ ਹੋਰ ਸੌਖੀਆਂ ਹੋ ਜਾਣੀਆਂ ਕਿ ਸਾਡੀ ਚੱਲਦੀ ਆ, ਲੋਕ ਸਾਡੇ ਨਾਲ ਆ। ਪਰ ਜੇਕਰ ਪ੍ਰਦਰਸ਼ਨ ਚੰਗਾ ਨਾ ਹੋਇਆ ਫਿਰ ਭਾਜਪਾ ਨੂੰ ਮਜਬੂਰੀ ਦੇ ਵਿੱਚ ਹੋ ਸਕਦਾ ਪੰਜਾਬ 'ਚ ਅਕਾਲੀ ਦਲ ਬਾਦਲ ਦੇ ਨਾਲ ਕੱਢ ਧੁੱਪ ਰੱਖਣੀ ਪਵੇ। ਜੇਕਰ ਕਾਂਗਰਸ ਨੂੰ ਉੱਥੇ ਚੰਗੀਆਂ ਸੀਟਾਂ ਮਿਲ ਜਾਣਗੀਆਂ, ਚੰਗਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਹੋ ਜਾਂਦਾ, ਤਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਦੇ ਅੰਦਰ ਰੂਹ ਫੂਕੀ ਜਾਣੀ ਆ, ਕਿਉਂਕਿ ਕਾਂਗਰਸ ਇਸ ਵਕਤ ਬਿਲਕੁਲ ਨਿਟਾਲ ਹੋਈ ਪਈ ਆ, ਲੋਕ ਉਸ ਤੋਂ ਵੀ ਨਿਟਾਲ ਆ। ਲੋਕ ਇਹ ਗੱਲ ਕਹਿੰਦੇ ਸਾਡੀ ਮੰਨੀ ਕੋਈ ਨਹੀਂ ਗਈ, ਅਤੇ ਜੇਕਰ ਉੱਥੇ ਚੰਗੀਆਂ ਸੀਟਾਂ ਮਿਲ ਜਾਣਗੀਆਂ ਦਿੱਲੀ 'ਚ, ਤਾਂ ਇਹ ਗੱਲ ਕਹਿਣ ਦਾ ਮੌਕਾ ਮਿਲੂ, ਅਸੀਂ ਤਾਂ ਦਿੱਲੀ ਵੀ ਫਤਿਹ ਕਰ ਲਈ ਹੈ ਜਾਂ ਅਸੀਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਬਹੁਤ ਸੁਧਾਰ ਲਿਆ। ਜੇਕਰ ਕੇਜਰੀਵਾਲ ਦੀ ਸਰਕਾਰ ਤੀਜੀ ਵਾਰ ਆ ਜਾਂਦੀ ਦਿੱਲੀ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਬਿਲਕੁਲ ਡਿੱਗੀ ਹੋਈ ਆਮ ਆਦਮੀ ਪਾਰਟੀ ਦੇ ਵਿੱਚ ਰੂਹ ਫੂਕੀ ਜਾਣੀ ਹੈ। ਕੇਜਰੀਵਾਲ ਹੋਰਾਂ ਦੇ ਵੱਲੋਂ ਵੀ ਅਤੇ ਭਗਵੰਤ ਮਾਨ ਦੇ ਵੱਲੋਂ ਵਾਰ ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਦਿੱਲੀ ਫਤਿਹ ਕਰਨ ਤੋਂ ਬਾਅਦ ਪੰਜਾਬ ਫਤਿਹ ਕਰਨ ਦੀ ਵਾਰੀ ਹੈ, ਪਰ ਪੰਜਾਬ ਨੂੰ ਫਤਿਹ ਕਰਨਾ ਬਹੁਤ ਵੱਖਰੀ ਗੱਲ ਹੈ। ਦਿੱਲੀ ਅਤੇ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸੋ ਇਹ ਚੋਣਾਂ ਸਿਰਫ ਦਿੱਲੀ ਤੱਕ ਸੀਮਿਤ ਨਹੀਂ, ਇਹਦਾ ਪੰਜਾਬ ਦੀਆਂ ਚੋਣਾਂ ਦੇ ਉੱਤੇ ਜੋ ਕਿ 2 ਸਾਲਾਂ ਬਾਅਦ ਹੋਣੀਆਂ, ਬਹੁਤ ਵੱਡਾ ਅਸਰ ਪੈਣ ਵਾਲਾ। ਬਾਦਲਾਂ ਅਤੇ ਢੀਂਡਸਿਆਂ ਦੀ ਇਸ ਵਕਤ ਇੰਨੀ ਕੁ ਵਿਗੜ ਗਈ ਹੈ ਵੀ ਜਿਹੜੀ ਕਦੇ ਸੁਧਰਨ ਦੀ ਆਸ ਹੁਣ ਬੱਝਦੀ ਨਹੀਂ। ਹਾਲਾਂਕਿ ਰਾਜਨੀਤੀ ਦੇ ਵਿੱਚ ਕਈ ਵਾਰ ਅਚਾਨਕ ਮੋੜ ਕੱਟਿਆ ਜਾਂਦਾ, ਵਿਰੋਧੀ ਮਿੱਤਰ ਬਣ ਜਾਂਦੇ, ਮਿੱਤਰ ਵਿਰੋਧੀ ਬਣ ਜਾਂਦੇ ਆ, ਸਕੇ ਭਰਾ ਲੜ ਪੈਂਦੇ ਆ ਅਤੇ ਇੱਕ ਦੂਜੇ ਦੇ ਕੱਟੜ ਦੁਸ਼ਮਣ ਭਰਾ ਬਣ ਜਾਂਦੇ ਆ। ਇਹ ਰਾਜਨੀਤੀ ਦੇ ਵਿੱਚ ਅਸੀਂ ਬਹੁਤ ਵਾਰ ਹੁਣ ਤੱਕ ਦੇਖਿਆ। ਪਰ ਜਿਸ ਤਰੀਕੇ ਨਾਲ ਸੰਗਰੂਰ ਖੇਤਰ ਦੇ ਵਿੱਚ ਜਾ ਕੇ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਬੜਕ ਮਾਰੀ ਹੈ, ਜਿਵੇਂ 70% ਕਾਂਗਰਸ ਦੇ ਨੀਤੀਆਂ ਦੇ ਵੱਲ ਖਿਆਲ ਕਰਨ ਦੀ ਥਾਂ 'ਤੇ ਢੀਂਡਸਾ ਪਰਿਵਾਰ ਦੇ ਉੱਤੇ ਤਰਾਡਾ ਧਰਿਆ ਗਿਆ। ਜਿਸ ਤਰੀਕੇ ਦੇ ਨਾਲ 30% ਕਾਂਗਰਸ ਨੂੰ ਨਿੰਦਿਆ ਅਤੇ 70% ਪਾਣੀ ਪੀ ਕੇ ਢੀਂਡਸਾ ਪਿਓ ਪੁੱਤ ਅਤੇ ਟਕਸਾਲੀਆਂ ਦੀ ਗੱਲ ਕੀਤੀ ਗਈ ਹੈ, ਉਸ ਤੋਂ ਬਾਅਦ ਇਹ ਜਾਪਦਾ ਕਿ ਹੁਣ ਇਹ ਮਿਲਵਰਤਨ ਵਾਲੀ ਗੱਲ ਕਦੇ ਸੰਭਵ ਹੋਣੀ ਨਹੀਂ। ਜਿਸ ਤਰੀਕੇ ਦੇ ਨਾਲ ਵੱਡੇ ਬਾਦਲ ਸਾਹਿਬ 20 ਮਿੰਟ ਤੋਂ ਵੱਧ ਬੋਲੇ ਸੰਗਰੂਰ ਦੇ ਵਿੱਚ ਜਾ ਕੇ, ਉਹਨਾਂ ਦੇ ਵੱਲੋਂ 5-7 ਮਿੰਟ ਢੀਂਡਸਿਆਂ ਦੇ ਉੱਤੇ ਵੀ ਲਾਏ ਗਏ ਆ। ਇਹ ਗੱਲ ਕਹੀ ਗਈ ਹੈ ਕਿ ਮੈਂ ਤਾਂ ਆਪਣੇ ਪਰਿਵਾਰਾਂ ਦੇ ਵਿਆਹ ਦੇ ਲਈ, ਜੋ ਪਰਿਵਾਰਕ ਮਸਲੇ ਹੁੰਦੇ ਆ ਉਹਨਾਂ ਦੇ ਲਈ ਵੀ ਬਹੁਤ ਵੱਡੇ ਅਤੇ ਵਧੀਆ ਪੱਧਰ ਦੇ ਉੱਤੇ ਬ੍ਰਹਮਪੁਰਾ ਅਤੇ ਢੀਂਡਸੇ ਨਾਲ ਰਾਏ ਕਰਕੇ ਹੀ ਫੈਸਲੇ ਲੈਂਦਾ ਸੀ, ਪਰ ਉਹਨਾਂ ਨੇ ਪਿੱਠ ਦੇ ਵਿੱਚ ਛੁਰਾ ਪਤਾ ਨਹੀਂ ਕਿਹੜੀ ਗੱਲੋਂ ਮਾਰਤਾ। ਛੋਟੇ ਬਾਦਲ ਨੇ ਗੱਦਾਰ ਅਤੇ ਬਹੁਤ ਕੁਝ ਹੋਰ ਵੀ ਕਿਹਾ ਢੀਂਡਸਿਆਂ ਨੂੰ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕਹਿੰਦੇ ਜੀ ਕਿ ਮੈਂ ਸਵਾਰਥੀ ਹਾਂ, ਮੈਂ ਤਾਂ ਇੱਥੇ ਤਾਨਾਸ਼ਾਹੀ ਨੀਤੀ ਅਪਣਾਉਣਾ, ਪਰ ਵੱਡੇ ਢੀਂਡਸੇ ਹੋਰਾਂ ਨੇ ਛੋਟੇ ਢੀਂਡਸੇ ਨੂੰ, ਜਾਣੀ ਕਿ ਆਪਣੇ ਪੁੱਤ ਨੂੰ, ਆਪਣੇ ਦਬਾਅ ਦੇ ਤਹਿਤ ਅਕਾਲੀ ਦਲ ਤੋਂ ਵੱਖ ਕਰ ਲਿਆ। ਤਾਨਾਸ਼ਾਹੀ ਉਹ ਹੈ, ਮੇਰੀ ਨਹੀਂ। ਉਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕਹੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ 2022 ਦੇ ਵਿੱਚ ਪਤਾ ਲੱਗ ਜਾਣਾ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈ। ਉਹਨਾਂ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਉੱਤੇ ਕਬਜ਼ੇ ਦੀ ਗੱਲ ਵੀ ਕੀਤੀ ਹੈ ਕਿ ਇਹਨੂੰ ਛਡਾਉਣਾ ਚਾਹੀਦਾ ਢੀਂਡਸਿਆਂ ਦੇ ਕੋਲੋਂ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਭਾਵੇਂ ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਜਾਣ, ਅਸੀਂ 100% ਤਿਆਰ ਬਰ ਤਿਆਰ ਹਾਂ। ਕੌਣ ਕਿੰਨੇ ਪਾਣੀ 'ਚ ਆ, ਸਭ ਨੂੰ ਸਭ ਕੁਝ ਪਤਾ ਲੱਗ ਜਾਣਾ। ਪਹਿਲਾਂ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਦੇ ਉੱਤੇ ਸਿੱਧਾ ਹੱਲਾ ਬੋਲਦਿਆਂ ਪੱਕੀ ਲਕੀਰ ਖਿੱਚ ਦਿੱਤੀ ਹੈ। ਹੁਣ ਮਾਲਵੇ ਵਿੱਚ ਬਾਦਲ ਪਰਿਵਾਰ ਅਤੇ ਢੀਂਡਸਾ ਪਰਿਵਾਰ ਦੀ ਬਿਲਕੁਲ ਸਿੱਧੀ ਅਤੇ ਸਪਸ਼ਟ ਜੰਗ ਸ਼ੁਰੂ ਹੋ ਗਈ ਹੈ। ਬੇਸ਼ੱਕ ਇਸ ਵੇਲੇ ਅਕਾਲੀ ਦਲ ਦੀ ਕਮਾਨ ਬਾਦਲ ਪਰਿਵਾਰ ਦੇ ਹੱਥ ਦੇ ਵਿੱਚ ਹੈ, ਪਰ ਢੀਂਡਸਾ ਪਰਿਵਾਰ ਦੀ ਚੁਣੌਤੀ ਪਹਿਲਾਂ ਹੀ ਸੰਕਟ ਦੇ ਵਿੱਚ ਘਿਰੀ ਪਾਰਟੀ ਦੇ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ। ਦਰਅਸਲ ਐਤਵਾਰ ਨੂੰ ਢੀਂਡਸਾ ਦੇ ਗੜ੍ਹ ਸੰਗਰੂਰ ਦੇ ਵਿੱਚ ਕਾਂਗਰਸ ਖਿਲਾਫ਼ ਹੱਲਾ ਬੋਲ ਰੈਲੀ ਕੀਤੀ ਗਈ ਹੈ, ਪਰ ਨਿਸ਼ਾਨੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਢੀਂਡਸਾ ਪਰਿਵਾਰ ਹੀ ਰਿਹਾ। ਰੈਲੀ ਵਿੱਚ ਲੰਮੇ ਸਮੇਂ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ, ਉਹ ਵੀ ਢੀਂਡਸਾ ਪਰਿਵਾਰ ਦੇ ਉੱਤੇ ਖੂਬ ਵਰੇ। ਵੈਸੇ ਉਹਨਾਂ ਨੇ ਸੁਖਬੀਰ ਬਾਦਲ ਜਿੰਨੀ ਆਲੋਚਨਾ ਤਿੱਖੀ ਨਹੀਂ ਕੀਤੀ। ਵੱਡੇ ਬਾਦਲ ਅੱਧੇ ਘੰਟੇ ਦੇ ਭਾਸ਼ਣ ਦੌਰਾਨ ਸਿਰਫ 5 ਮਿੰਟ ਹੀ ਢੀਂਡਸਾ ਖਿਲਾਫ਼ ਬੋਲੇ, ਜਦਕਿ ਸੁਖਬੀਰ ਸਿੰਘ ਬਾਦਲ ਨੇ 26 ਮਿੰਟ ਦੇ ਭਾਸ਼ਣ ਦੌਰਾਨ ਕਰੀਬ 20 ਮਿੰਟ ਢੀਂਡਸਾ ਦੇ ਉੱਤੇ ਸ਼ਬਦ ਖਾਲਾ ਬੋਲਿਆ। ਸੁਖਬੀਰ ਬਾਦਲ ਨੇ ਢੀਂਡਸਾ ਨੂੰ ਗੱਦਾਰ ਅਤੇ ਤਾਨਾਸ਼ਾਹ ਕਰਾਰ ਦਿੱਤਾ। ਉਹਨਾਂ ਨੇ ਇਕੱਠ ਨੂੰ ਢੀਂਡਸਾ ਪਰਿਵਾਰ ਦਾ ਭੋਗ ਅਤੇ ਅੰਤਿਮ ਅਰਦਾਸ ਕਰਾਰ ਦਿੱਤਾ। ਰੈਲੀ ਦੌਰਾਨ ਸਿਰਫ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਤਕਰੀਰ ਹੀ ਜ਼ਿਆਦਾਤਰ ਕਾਂਗਰਸ ਦੇ ਖਿਲਾਫ਼ ਸੀ, ਜਦਕਿ ਬਾਕੀ ਸਾਰੇ ਬੁਲਾਰਿਆਂ ਨੇ ਸੁਖਦੇਵ
इस खबर के उत्ते टिप्पणी करदे पहली गल तो असीं कहांगे हुण टकसालियां दे वल्लों भी जवाबी रूप दे विच समुचे पंजाब च रैलियां करन दा सिलसिला शुरू किया जा रहा। पता लगा जी कि पहली रैली है जिहड़ी उह ब्रह्मपुरा हुरां दे वल्लों अपनी अगवाई दे विच अमृतसर च कराई जाणी है। उस तो बाद सुखदेव सिंह ढींडसा की अगवाई दे विच रैली होनी है संगरूर दे विच। इस तरीके दे नाल पड़ा दर पड़ा पूरे पंजाब दे 22 दे 22 जिले कवर करन दी गल कीती गई है भी सारे जिलों दे विच असी जाके अपनी गल रखनी आ अकाली दल बादल दे खिलाफ जो सुखबीर दे वल्लों कीता गया उहदे खिलाफ। पर जिस तरीके दे नाल पहलकदमी कीती है जिस तरीके दे नाल बहुत वड्डा इकट्ठ किया तो 70% जिहड़ा वो इकट्ठ आ जिहड़ा उहदा मनोरथ इह जापदा सी कि असी ढींडसिआं नूं उहनां दे घर दे विच गढ़ दे विच जाके दसणा भी तुसीं किन्ने कु पाणी दे विच आ, असीं तुहानूं चुनौती दिंदे आ कि तुसीं इन्ना वड्डा इकट्ठ करो। अज अकाली दल दी कोर कमेटी दी मीटिंग होई चंडीगढ़ दे विच, इहदे विच वी डॉक्टर दलजीत सिंह चीमा दे वल्लों गल कही गई है कि असीं उहनां पंजाबियां दे बेहद धन्नवादी हाँ जिन्हां ने संगरूर दे इकट्ठ नूं इन्ना सफल बनाया ते असीं भविख दे विच इस गल नूं भुल्लीए ना कि 2022 दे विच सरकार अकाली दल दी ही आउणी है। सो किहदी सरकार आउणी आ हाले असीं कुछ नहीं कह सकते, पर जो इस वक्त दूरियां ढींडसिआं ते बादलां दे विच पै गईआं ये छेती कितें खत्म नहीं होणगीआं। इस गल दे बाबत पूरी पूरी आस है कि सच्ची मुची परमिंदर ढींडसा दा भविख खराब हो गया जो कि अकाली दल बादल दे वल्लों कहा जा रहा कि प्यो ने पुत दा भी भविख खराब कर दिता। खबरां दे उत्ते विचार चर्चा होर भी की जा सकती सी पर जो वक्त दी काटे रुकण दा इशारा कर रही है कल नूं इसे वेले खबर दी खबर लैके फिर हाज़र होवांगे। उदों तक लई आग्या दिओ, बहुत बहुत मेहरबानी।